ਬਿਸਮਿਲ੍ਲਾਹਿ ਰਹਿਮਾਨਿ ਰਹੀਮ ਜੀ, ਅਸਲਾਮੁ ਅਲੈਕੁਮ ਵੀਵਰਸ। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੋਵੋਗੇ, ਅੱਲਾਹ ਤਾਲਾ ਦੇ ਫਜ਼ਲ ਕਰਮ ਨਾਲ ਅਸੀਂ ਵੀ ਠੀਕ ਹਾਂ। ਲਾਈਫ ਵਿਦ ਮਰੀਮ 'ਚ ਵੈਲਕਮ ਤੁਹਾਡਾ। ਅਤਾ ਦੁਆਇਆ ਕਿ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਸਿਹਤ ਤੰਦਰੁਸਤੀ ਅਤਾ ਫਰਮਾਏ, ਤਮਾਮ ਬਿਮਾਰੀਆਂ ਤੋਂ ਮਹਿਫੂਜ਼ ਰੱਖੇ, ਆਮੀਨ ਸੁਮਾਮੀਨ। ਹਾਂਜੀ ਜੀ, ਤੋਂ ਮਾਸ਼ਾਅੱਲਾ ਅੱਜ ਅਸੀਂ ਲੱਗੇ ਹਾਂ ਕਿਮੇ ਵਾਲੀਆਂ ਟਿੱਕੀਆਂ ਬਣਾਉਣ। ਤੋਂ ਮਾਸ਼ਾਅੱਲਾ ਆਪ ਹੀ ਲੱਗੀ ਆ ਕਿਮੇ ਵਾਲੀਆਂ ਟਿੱਕੀਆਂ ਰੈਡੀ ਕਰਨ ਤੋਂ। ਕਿੱਦਾਂ ਕਰਦੇ ਹਾਂ ਤੁਹਾਨੂੰ ਦਿਖਾਵਾਂਗੇ, ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੇਰੇ ਚੈਨਲ ਲਾਈਕ ਔਰ ਸਬਸਕ੍ਰਾਈਬ ਲਾਜ਼ਮੀ ਕਰਿਓ। ਓਏ ਬੱਚੋ, ਸ਼ੋਰ ਨਾ ਕਰੋ। ਤੋ ਇੱਧਰ ਜੋ ਹੈ ਅਸੀਂ ਕੀਮੇ ਦੇ ਵਿੱਚ ਆਪੀ ਨੇ ਸਾਰੀਆਂ ਚੀਜ਼ਾਂ ਐਡ ਕਰ ਦਿੱਤੀਆਂ, ਨਮਕ ਮਿਰਚ ਮਸਾਲੇ ਸਾਰਾ ਕੁਛ। ਔਰ ਇੱਧਰ ਜੋ ਹੈ ਹਰੀ ਮਿਰਚ, ਇਹਦੀ ਕੁਟਾਈ ਹੋ ਰਹੀ ਆ। ਹਾਂਜੀ ਜੀ, ਤੋਂ ਮਾਸ਼ਾਅੱਲਾ ਇੱਧਰ ਹੁਣ ਅਸੀਂ ਲੱਗੇ ਹਾਂ ਕੀਮੇ ਵਾਲੀਆਂ ਟਿੱਕੀਆਂ ਬਣਾਉਣਾ ਜੋ ਹੈ ਸਟਾਰਟ ਕਰਨ। ਤੋ ਸਾਰੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਕਰਾਂਗੇ। ਦਾਲ ਜੋ ਹੈ ਇਹਨੂੰ ਕੀਮੇ ਨੂੰ ਪਹਿਲੇ ਅੱਛੇ ਤਰੀਕੇ ਨਾਲ ਮਸਾਲਾ ਇਹਦਾ ਤਿਆਰ ਕੀਤਾ ਆ, ਕੀਮੇ ਨੂੰ ਪਹਿਲੇ ਅੱਛੇ ਤਰੀਕੇ ਨਾਲ ਭੁੰਨ ਲਿਆ ਵਾ। ਹੁਣ ਅਸੀਂ ਇਹਦੇ ਵਿੱਚ ਐਡ ਕਰ ਦਿੱਤੀ ਦਾਲ, ਨਾਲ ਐਡ ਕਰ ਦਿੱਤਾ ਹਰਾ ਧਨੀਆ। ਹਾਂਜੀ ਜੀ, ਤੋਂ ਹੁਣ ਅੱਛੇ ਤਰੀਕੇ ਨਾਲ ਅਸੀਂ ਇਹਨੂੰ ਕੁੱਟ ਲਾਂਗੇ ਤਾਂ ਕਿ ਜੋ ਦਾਲ ਦੇ ਦਾਣੇ ਆ ਅੱਛੇ ਤਰੀਕੇ ਨਾਲ ਬਰੀਕ ਹੋ ਜਾਣ। ਟਿੱਕੀਆਂ ਸਟਾਰਟ। ਹਾਂਜੀ ਜੀ, ਤੋਂ ਹੁਣ ਅਸੀਂ ਸਟਾਰਟ ਕਰ ਦਾਂਗੇ ਇਹਦੀਆਂ ਟਿੱਕੀਆਂ ਬਣਾਉਣਾ। ਇਹਦੇ ਤੇ ਹੱਥਾਂ ਨਾਲ ਭੁੱਲ ਜਾਣੇ, ਗਾਲੀ ਨਹੀਂ ਦੇਣੀ ਜੀ। ਉਹ ਵੀ ਇਸ ਲਈ ਮੈਂ ਕਾਕਾ ਜਿਹਾ ਲੇਸ ਲਈ ਬਣ ਜਾਂਦੀ, ਦਾਣਾ ਦਾਣਾ ਜਿਹਾ ਬਣ। ਧੁੱਪ
ਉਹਦੇ ਗਰਮੀ ਬਹੁਤ ਹਾਂਜੀ ਜੀ, ਤੇ ਮਾਸ਼ਾਅੱਲਾ ਹੁਣ ਹੋ ਗਈਆਂ ਕਿਮੀਆਂ ਵਾਲੀਆਂ ਟਿੱਕੀਆਂ ਜੋ ਹੈ ਇਹ ਬਣਨਾ ਸਟਾਰਟ। ਇਹ ਵੀ ਅਸੀਂ ਬਣਾਵਾਂਗੇ ਬੇਸਨ ਨਾਲ। ਬੇਸਨ ਦੇ ਵਿੱਚ ਐਡ ਕੀਤਾ ਇੱਕ ਅੰਡਾ। ਕੀ ਕਹਿੰਦਾ ਵਾ? ਹਾਂ, ਮੈਂ ਜੁੱਤੀ ਨੂੰ ਤੋਤਾ ਲੱਗਾ ਸੀ, ਮੈਂ ਉਹਨੂੰ ਪਰਾ ਕਰਕੇ ਆਇਆ। ਜੁੱਤੀ ਪਾ ਲੈ ਸੀ ਪੈਰਾਂ ਚ, ਤੂੰ ਪਹਿਲਾਂ ਸਾ ਫਿਰਦਾ ਵਾ। ਗਰਮ ਗਰਮ ਚਟਨੀ ਤੇ ਬਣਾ ਲੈਣਾ, ਕੜਾਹੀ ਨੇ ਸਾਰਾ ਕੁਛ ਨਾਲ ਜੋੜ ਲਿਆ। ਹਾਂ, ਕੜਾਹੀ ਦੂਸਰੀ ਆ, ਲੋਹੇ ਵਾਲੀ ਕੜਾਹੀ ਚਿੰਬੜ ਜਾਂਦੀ ਹੈ। ਉਹ ਨਾਨ ਸਟਿਕ ਲੋਕੀ ਲਾਉਂਦੇ ਸੱਤ ਰਾਤੀ ਪਕਾ ਕੇ ਗਈ। ਕੌਣ
ਹਾਂਜੀ ਜੀ, ਤੋ ਮਾਸ਼ਾਅੱਲਾ ਟਿੱਕੀਆਂ ਹੋਈਆਂ ਸਾਡੀਆਂ ਰੇਡੀ, ਚੀਜ਼ ਨਹੀਂ ਪਕਾਉਣੀ ਤੇਰਾ ਫਿਸ਼ਰ ਦੇਖ ਲੈ ਕੀ ਬਣਿਆ। ਤੋ ਇਹ ਸੀਗੀ ਸਾਡੀ ਅੱਜ ਦੀ ਵੀਡੀਓ, ਮਿਲਾਂਗੇ ਤੁਹਾਡੇ ਨਾਲ ਨੈਕਸਟ ਵੀਡੀਓ 'ਚ। ਅੱਲਾ ਹਾਫਿਜ਼।